मेरा नाम लवली है जी। लवली जी की कर रहे थे? झोना ला रहे हैं जी। ਉਦਾਂ ਕੀ ਕੰਮ ਕਰਦੇ? ਉਦਾਂ ਮੋਚੀ ਦਾ ਕੰਮ ਕਰੀਦਾ ਜੀ। ਝੋਨੇ ਜੀ ਜੀ ਸਭ ਨਾਲ ਮਿਲਣਾ ਜੀ, ਉਹ ਸਾਇਆ ਜੀ ਉਹੀ ਮਿਲਣਾ ਜੀ। ਪਰ ਦੇ ਵਿੱਚ ਬ੍ਰਦਰ ਹੈਗਾ ਜੀ ਅਤੇ ਮਦਰ ਹੈ ਮੇਰੇ, ਭਰਜਾਈ ਆ। ਕਿੰਨੀ ਦੇਰ ਹੋ ਗਈ ਤੁਹਾਨੂੰ ਇਹ ਜਿਹੜਾ ਕੰਮ ਕਰਦੇ ਹੋ ਝੋਨੇ ਦਾ? ਦੇਖੋ ਜੋ ਸੀਜ਼ਨ ਆਉਂਦਾ ਉਦੋਂ ਕਰੀਦਾ ਜੀ ਝੋਨੇ ਦਾ ਕੰਮ ਜੀ। ਬਾਕੀ ਅਸੀਂ ਮੋਚੀ ਦੇ ਕੰਮ ਹੀ ਕਰਦੇ ਹਾਂ। ਮੋਚੀ ਦੇ ਕੰਮ 'ਚ 100-150 ਰੁਪਏ ਬਣ ਜਾਂਦਾ ਜੀ। ਕਿੱਥੇ ਅੱਡਾ? ਮੇਰਾ ਬੱਸ ਸਟੈਂਡ ਦੇ ਵਿੱਚ ਅੱਡਾ ਸੀ। ਦੁਕਾਨ ਆਪਣੀ ਹੈ ਕਿ ਜਾਂ ਰੈਂਟ? ਨਹੀਂ ਰੈਂਟ 'ਤੇ ਹੈ ਜੀ। ਕਿੰਨਾ ਕਰਾਂ ਜੀ? ਰੈਂਟ ਆਪਣਾ 30 ਰੁਪਏ ਹੈਗਾ ਜੀ ਪਰਚੀ। ਕਿੰਨਾ ਕੁ ਕਮਾ ਲੈਂਦੇ? 100-150 ਰੁਪਏ ਬਣਦਾ ਜੀ ਉੱਥੇ। ਕਰਦਾ ਜੀ, ਚਲਾਉਣਾ ਪੈਂਦਾ ਜੀ, ਕੀ ਕਰ ਦਾਂਗੇ ਜ਼ਿਆਦਾ। ਹੋਰ ਸ਼ੌਂਕ ਜੀ ਸਾਨੂੰ ਜੀ, ਮੈਨੂੰ ਤਾਂ ਪੌੜੀ ਦੌੜ ਦਾ ਸ਼ੌਂਕ ਸੀ, ਉਹ ਮੈਂ ਕਾਫੀ ਟਾਈਮ ਦਾ ਫਿਰ ਛੱਡ ਚੁੱਕਾ। ਪਹਿਲਾਂ ਮੈਂ ਕਰਦਾ ਫਿਰ ਹੀ ਤੋੜੀ ਤੋੜ, ਹੁਣ ਮੈਂ ਆਈਟੀਆਈ ਜਿੱਤੀ ਸੀ ਪਹਿਲਾਂ ਹੀ ਤੋੜ। ਆਈਟੀਆਈ ਤੋਂ ਬਾਅਦ ਬਾਬੇ ਬਕਾਲਾ ਵੀ ਜਿੱਤੀ ਸੀ ਅਤੇ ਘੁਮਾਣ ਵੀ ਜਿੱਤੀ ਸੀ। ਨਹੀਂ ਜੀ, ਕਿਸੇ ਨੇ ਮਦਦ ਨਹੀਂ ਕੀਤੀ। ਗੁਜ਼ਾਰਾ ਤਾਂ ਵੇਖੋ ਜੀ, ਖੁਦਾ ਕਰਨ ਵਾਲਾ ਮਾਲਕ ਹੀ ਆ, ਉਹਨੇ ਕਰਨਾ ਗੁਜ਼ਾਰਾ। ਬਾਕੀ ਦੇ ਮਿਹਨਤ ਕਰਨੀ ਹੈ, ਮਿਹਨਤ ਕਰਕੇ ਖਾ ਰਹੇ ਹਾਂ। ਵੀਰ ਜੀ, ਮੈਂ ਤਾਂ ਇਹੋ ਹੀ ਉਹਨਾਂ ਨੂੰ ਕਹਿਣਾ ਚਾਹੂੰਗਾ ਵੀ ਆਪਣੇ ਨਸ਼ਿਆਂ ਤੋਂ ਰਹਿਤ ਹੋਵੋ, ਠੀਕ ਹੈ? ਮਿਹਨਤ ਕਰੋ, ਮਿਹਨਤ ਦਾ ਫਲ ਮਿਲਦਾ ਜ਼ਰੂਰ। ਮਿਹਨਤ ਕਰਕੇ ਖਾਣਾ ਚਾਹੀਦਾ ਜੀ। ਹਾਂਜੀ, ਮੇਰੇ ਬ੍ਰਦਰ ਜੀ ਨਹੀਂ, ਜਿੰਨਾ ਵੀ ਲਾਉਂਦੇ ਆ ਲਾ ਪਾਉਂਦੇ, ਆਪਾਂ ਕਦੀ ਆਖਿਆ ਨਹੀਂ ਕੋਈ ਮਾੜਾ ਬੰਦਾ ਵੱਧ ਵੀ ਲਾਊਗਾ ਘੱਟ ਵੀ, ਆਪਾਂ ਕੀ ਇਹਨੂੰ ਆਖਾਂਗੇ? ਹਾਂ, ਜੇ ਇੱਕ ਮਤਲਬ ਕਿ ਥੱਕ ਜਾਂਦਾ ਤਾਂ ਲਾ ਪੁੱਟਣ ਡਾ ਦੇ, ਕੀ ਗੱਲ, ਤੂੰ ਆਪਣਾ ਕੰਮ ਕਰਦਾ ਰਹਿ। ਇਹ ਮੋਚੀ ਦਾ ਕੰਮ ਕਰਦੇ ਜੀ? ਉਹਨਾਂ ਦੀ ਆਪਣੇ ਫਾਟਕ ਦੀ ਦੁਕਾਨ ਹੈ, ਕਿਰਾਏ 'ਤੇ ਰੈਂਟ 'ਤੇ ਲਈ ਹੋਈ ਆ, ਉਹਦੇ ਅੰਦਰ ਕਰਦਾ ਜੀ। ਹਾਂਜੀ ਹਾਂਜੀ ਹਾਂਜੀ, ਦੌੜ ਕੇ ਅਤੇ ਸਾਈਕਲ ਸੂਕਲ ਵਗੈਰਾ ਵੀ ਇਹਨਾਂ ਨੇ ਜਿੱਤਿਆ ਜਿੱਤਿਆ ਵਾ, ਉਹ ਦੌੜ 'ਚ ਜਿੱਤਿਆ? ਦੌੜ 'ਚੋਂ, ਦੌੜ 'ਚੋਂ। ਹੁਣ ਤੁਹਾਡੇ ਨਾਲ ਝੋਨਾ ਲਗਾ ਰਹੇ ਹਾਂ? ਹਾਂਜੀ, ਕੀ ਸਾਰਾ ਪਰਿਵਾਰ ਹੀ ਝੋਨਾ ਲਗਾਉਂਦੇ? ਹਾਂਜੀ ਹਾਂਜੀ, ਹਰ ਸੀਜ਼ਨ ਸੀਜ਼ਨ ਜੀ।